ਗਵਾਂਢੀ ਦੇਸ਼ ਪਾਕਿਸਤਾਨ ਵੱਲੋਂ ਆਪਣੀਆਂ ਕੋਝੀਆਂ ਚਾਲਾਂ ਚੱਲ ਕੇ ਦੇਸ਼ ਅੰਦਰ ਅਰਾਜਕਤਾ ਫੈਲਾਉਣ ਦੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਇਸ ਲਈ ਚਾਹੇ ਉਹ ਕੋਈ ਵੀ ਤਰੀਕਾ ਹੋਵੇ, ਗਵਾਂਢੀ ਦੇਸ਼ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ। ਅਜਿਹੀ ਹੀ ਇੱਕ ਹਰਕਤ ਉਸ ਵੱਲੋਂ ਹੁਣ ਸ਼ੁਰੂ ਕੀਤੀ ਗਈ ਹੈ, ਜਿਸ ਨੂੰ ਦੇਸ਼ ਦੀ BSF ਅਤੇ ਪੰਜਾਬ ਪੁਲਿਸ ਵੱਲੋਂ ਇਕੱਠਿਆਂ ਤੌਰ 'ਤੇ ਕਈ ਵਾਰ ਨਾਕਾਮ ਕੀਤਾ ਗਿਆ ਹੈ, ਪਰ ਫਿਰ ਵੀ ਗਵਾਂਢੀ ਦੇਸ਼ ਆਪਣੀ ਹਰਕਤਾਂ ਲਗਾਤਾਰ ਜਾਰੀ ਰੱਖਦਾ ਹੈ। ਅਜਿਹੀ ਇੱਕ ਹਰਕਤ ਫਾਜ਼ਿਲਕਾ ਸੈਕਟਰ ਦੇ ਮੁਹਾਰ ਸੋਨਾ ਪਿੰਡ ਵਿੱਚ ਵੇਖਣ ਨੂੰ ਮਿਲੀ, ਜਿੱਥੇ BSF ਵੱਲੋਂ ਇਸ ਨੂੰ ਨਾਕਾਮ ਕੀਤਾ ਗਿਆ। ਪੈਰਾਂ ਵਿੱਚ ਪਾਉਣ ਵਾਲੀਆਂ ਜੁਰਾਬਾਂ, ਹਾਂਜੀ, ਸਰਦੀ ਤੋਂ ਬਚਣ ਲਈ ਜਾਂ ਧੂੜ ਮਿੱਟੀ ਤੋਂ ਬਚਣ ਲਈ ਆਪਾਂ ਪੈਰਾਂ ਵਿੱਚ ਜੁਰਾਬਾਂ ਪਾਉਂਦੇ ਹਾਂ, ਅਤੇ ਜੁਰਾਬਾਂ ਵਿੱਚ BSF ਵੱਲੋਂ ਲਗਭਗ 9 ਕਿਲੋ ਤੋਂ ਵੱਧ ਨਸ਼ਾ ਪਦਾਰਥ ਪ੍ਰਾਪਤ ਹੋਇਆ ਹੈ, ਜੋ ਉਹਨਾਂ ਦਾ ਕਹਿਣਾ ਹੈ ਕਿ ਹੈਰੋਇਨ ਵਰਗਾ ਜਾਪਦਾ ਹੈ। ਨਾਰਕੋਟਿਕਸ ਵਿਭਾਗ ਵੱਲੋਂ ਇਸ ਦੀ ਜਾਂਚ ਕਰਵਾਈ ਜਾਏਗੀ ਅਤੇ ਮਾਮਲਾ ਥਾਣਾ ਸਦਰ ਫਾਜ਼ਿਲਕਾ ਪੁਲਿਸ ਨੂੰ ਦੇ ਦਿੱਤਾ ਗਿਆ ਹੈ। ਜੋ ਤੁਸੀਂ ਸਕਰੀਨ 'ਤੇ ਵੇਖ ਰਹੇ ਹੋ, ਇਹ ਉਹ ਜੁਰਾਬਾਂ ਹਨ ਜਿਨ੍ਹਾਂ ਵਿੱਚ ਇਹ ਨਸ਼ੇ ਰੂਪੀ ਪਦਾਰਥ ਰੱਖੇ ਗਏ ਸੀ, ਜੋ ਕਿ BSF ਵੱਲੋਂ ਸਰਚ ਦੇ ਦੌਰਾਨ ਪ੍ਰਾਪਤ ਕੀਤਾ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ BSF ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਅੰਦਰ ਚੋਣਾਂ ਦਾ ਮਾਹੌਲ ਹੈ, ਚੋਣ ਜਾਬਤਾ ਲੱਗਿਆ ਹੋਇਆ ਹੈ, ਗੁਆਂਢੀ ਦੇਸ਼ ਅੰਦਰ ਨਸ਼ਾ ਫੈਲਾ ਕੇ ਆਪਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ, ਪਰ BSF ਦੇ ਜਵਾਨ ਇਸ ਮੁਸਤੈਦੀ ਨਾਲ ਡਿਊਟੀ ਕਰਦੇ ਹਨ ਕਿ ਕੋਈ ਵੀ ਨਾਪਾਕ ਹਰਕਤ ਨੂੰ ਬਿਲਕੁਲ ਨਿਸ਼ਚੇ ਨਬੂਦ ਕੀਤਾ ਜਾਂਦਾ ਹੈ। ਇਸ ਮੌਕੇ ਬੋਲਦੇ ਹੋਏ BSF ਅਧਿਕਾਰੀਆਂ ਨੇ ਹੋਰ ਕੀ ਕੁਝ ਕਿਹਾ, ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ। ਜੋ ਇਲੈਕਸ਼ਨਸ ਕਾ ਮਾਹੌਲ ਚੱਲ ਰਿਹਾ ਹੈ, ਉਸ ਦੌਰਾਨ ਹਮਾਰਾ ਕੁਝ ਸਪੈਸ਼ਲ ਆਪਰੇਸ਼ਨ ਚੱਲ ਰਹੇ ਹੈ ਸੀਮਾ ਕੇ ਸਾਥ ਸਾਥ ਇੰਟਰਨੈਸ਼ਨਲ ਬਾਰਡਰ ਕੇ ਉੱਪਰ। ਉਸ ਦੌਰਾਨ ਹਮਾਰੇ ਜੋ ਟਰੂਪਸ ਹੈ, ਉਹਨੇ ਆਜ ਇੱਕ ਸਪੈਸ਼ਲ ਆਪਰੇਸ਼ਨ ਕੇ ਦੌਰਾਨ ਇੱਕ ਖੇਪ ਨਾਰਕੋਟਿਕਸ ਕੀ ਖੇਪ ਬਰਾਮਦ ਕੀ ਹੈ ਇੰਟਰਨੈਸ਼ਨਲ ਬਾਰਡਰ ਕੇ ਨਜ਼ਦੀਕ, ਜੋ ਕਿ ਜੁਰਾਬੋ ਕੇ ਅੰਦਰ ਡਾਲਕਰ ਔਰ ਛੁਪਾ ਕੇ ਇੱਕ ਰੱਖੀ ਹੋਈ ਥੀ ਖੇਤ ਕੇ ਅੰਦਰ, ਤੋ ਉਸਕੋ ਰਿਕਵਰ ਕੀਆ, ਜਿਸਕੀ ਜੋ ਵੇਟ ਹੈ ਅਪ੍ਰੋਕਸੀਮੇਟਲੀ 9 KG ਕੇ ਪਲੱਸ ਹੈ, ਔਰ ਇਹ ਜੋ ਹੈ ਟੈਸਟ ਕੇ ਦੌਰਾਨ ਇਸਕੋ ਹੀਰੋਇਨ ਸਸਪੈਕਟਿਡ ਲੱਗ ਰਿਹਾ ਹੈ। ਇਹ ਇੰਟਰਨੈਸ਼ਨਲ ਬਾਰਡਰ ਮਹਾਰਸੋਨਾ ਕੇ ਏਰੀਆ ਕੇ ਅੰਦਰ ਪੜਤਾ ਹੈ, ਉਸਕੇ ਨਜ਼ਦੀਕ ਮਿਲ ਰਿਹਾ ਹੈ। ਹਮ ਲੋਗ ਰੈਗੂਲਰਲੀ ਟਰੂਪਸ ਜੋ ਹਮਾਰੇ ਟਰੂਪਸ ਹੈ ਵੋ ਰੈਗੂਲਰਲੀ ਆਪਰੇਸ਼ਨ ਹੈਡ ਆਫ ਫੈਂਸ ਕੇ ਸਾਥ ਔਰ ਡੈਪਥ ਏਰੀਆ ਮੇ ਹਮ ਲੋਗ ਕੰਡਕਟ ਕਰਤੇ ਹੈ, ਔਰ ਜਿਸ ਦੌਰਾਨ ਹਮਾਰੇ ਕੋ ਟਾਈਮ ਟੂ ਟਾਈਮ ਸਫਲਤਾ ਮਿਲਤੀ ਰਹਤੀ ਹੈ। ਇਹ ਇੱਕ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ। ਬਿਲਕੁਲ ਬਿਲਕੁਲ, ਕੱਲ ਰਾਤ ਕੋ ਆਈ ਹੋਗੀ, ਕਿਉਂਕਿ ਜਬ ਹਮ ਲੋਗ ਸਪੋਟ ਵੈਰੀਫਿਕੇਸ਼ਨ ਕੀਆ ਤੋ ਉਸਕੇ ਅੰਦਰ ਜੋ ਹਾਲਾਤ ਬਤਾ ਰਹੇ ਥੇ ਵੋ ਬਿਲਕੁਲ ਤਾਜ਼ਾ ਹਾਲਾਤ ਥੇ ਕਿ ਵਹਾਂ ਪਰ ਕੱਲ ਰਾਤ ਕੋ ਅਟੈਂਪਟ ਕੀ ਹੋਗੀ ਪਾਕਿਸਤਾਨ ਸਾਈਡ ਸੇ। ਹਮ ਲੋਗ ਹੈ ਇਸਕੋ ਸੀਲ ਕਰਕੇ ਪੁਲਿਸ ਜੋ ਪੁਲਿਸ ਸਟੇਸ਼ਨ ਸਦਰ ਫਾਜ਼ਿਲਕਾ ਪੜਤਾ ਹੈ ਉਸਕੋ ਹੈਂਡ ਓਵਰ ਕਰ ਦੇਂਗੇ, ਔਰ ਫਰਦਰ ਕੋਰਸ ਆਫ ਔਰ FIR ਲਾਂਚ ਕਰਵਾ ਦੇਂਗੇ, ਉਸਕਾ ਜੋ ਫਰਦਰ ਕੋਰਸ ਆਫ ਐਕਸ਼ਨ ਹੈ ਵੋ ਪੁਲਿਸ ਕੀ ਤਰਫ ਸੇ ਦਿਆ ਜਾਏਗਾ। ABN ਨਿਊਜ਼ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ ABN ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰੇ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁਲੇ। ਜੈ ਹਿੰਦ, ਜੈ ਭਾਰਤ।